3 ਸਾਲਾਂ ਬਾਅਦ ਆਇਆ ਫੌਜੀ ਘਰ ਤੇ ਘਰ ਵਾਲੀ ਦੇ ਉੱਡ ਗਏ ਹੋਠ ਤੇ ਤੁਸੀਂ ਇਸ ਵੀਡੀਓ ਦੇ ਵਿੱਚ ਸਾਫ਼ ਸਾਫ਼ ਦੇਖ ਸਕਦੇ ਹੋ ਕਿਵੇਂ ਦੋਸਤੋ ਕੁੜੀ ਭੱਜ ਕੇ ਬਾਹਰ ਆਈ। ਜਦੋਂ ਉਸਨੂੰ ਪਤਾ ਲੱਗਿਆ ਕਿ ਉਸਦਾ ਪਤੀ ਫੌਜ ਦੇ ਵਿੱਚ ਛੁੱਟੀ ਲੈ ਕੇ 3 ਸਾਲਾਂ ਬਾਅਦ ਘਰ ਦੇ ਵਿੱਚ ਪਰਤਿਆ ਹੈ ਅਤੇ ਘਰ ਦੇ ਬੂਹੇ ਅੱਗੇ ਖੜ੍ਹਾ ਰਿਹਾ ਭਰਾ ਆਪਣੇ ਘਰ ਵਾਲੀ ਦੀ ਪੇਟ ਕਰਦਾ ਸੀ। ਪਰ ਜਦੋਂ ਦੋਸਤੋ ਦੇਖਿਆ ਜਾਵੇ ਕਿ ਫੌਜ ਦੇ ਵਿੱਚ ਨਾ ਛੁੱਟੀ ਮਿਲਣ ਦੇ ਕਾਰਨ ਇਸ ਕੁੜੀ ਨੇ ਵੀ ਆਪਣੇ ਪਤੀ ਦੀ ਬੇਹੱਦ ਸਬਰੀ ਦੇ ਨਾਲ ਇੰਤਜ਼ਾਰ ਕੀਤਾ। ਉੱਥੇ ਜੋ ਕਿ ਵੀਡੀਓ ਸੋਸ਼ਲ ਮੀਡੀਆ 'ਤੇ ਹੋਈ ਡਰ ਦੇ ਨਾਲ ਹੀ ਜੋ ਕਿ ਤੁਸੀਂ ਦੇਖ ਸਕਦੇ ਹੋ ਕਿ ਕੁੜੀ ਆਪਣੀ ਦਾਦੀ ਨੂੰ ਕਨੇਡਾ ਦੇ ਵਿੱਚ ਬੁਲਾਉਂਦੀ ਹੈ ਅਤੇ ਅੱਗੇ ਭੱਜੀ ਜਾਂਦੀ ਹੈ ਆਪਣੀ ਦਾਦੀ ਨੂੰ ਏਅਰਪੋਰਟ ਤੋਂ ਲੈਣ। ਜਿੱਥੇ ਕਿ ਜੋ ਕਿ ਹੋਈ ਸੋਸ਼ਲ ਮੀਡੀਆ 'ਤੇ ਡਰ ਜਾਣ ਕਿ ਜੋ ਕਿ ਪੁੱਛਿਆ ਲੱਗ ਗਿਆ ਜਿਹੜੇ ਸਮੇਂ ਦੇ ਵਿੱਚ ਦੇਸ਼ਾਂ ਦੇ ਵਿੱਚ ਬਣ ਕੇ ਪੰਜਾਬੀ ਆਪਣੇ ਮਾਤ ਆਪਣੇ ਕੰਮ ਦੇ ਹਨ ਅਤੇ ਦੇਸ਼ਾਂ ਦੇ